तस्वीरां पटियाला तो सामने आईयां ने। पटियाला दे नाभा रोड ते चिट्टे दिन गोलियां चलदियां ने। दर्शन सिंगला नां दे ठेकेदार दा कतल कीता गया। SS सर्विस प्रोवाइडर दे नां ते अपना कारोबार चला रहा सी ठेकेदार दर्शन सिंगला। बाइक सवार बदमाशा ने वारदात नूं दित्ता अंजाम, नाभा रोड ते गोलियां मार के कीता कतल। सुनाम दे रहण वाला सी दर्शन सिंगला। पुलिस जांच दे विच जुटी। सरकारी ठेकियां दे सर्विस प्रोवाइडर दर्शन सिंगला दा कतल क्यों कीता गया, एक गुत्थी सुलझाउणी अजे बाकी है। पर पंजाब दे विच विगड़दी कानूनी व्यवस्था वड्डे सवाल खड़े करदी है कि हुण पंजाब दे विच कोई भी आम शख्स सुरक्षित नहीं है। ਇਹ ਗੱਡੀ ਦੇ ਉੱਤਰੇ ਸੀਗੇ ਡਾਕਟਰ ਜਾਣ ਵਾਸਤੇ ਤੇ ਮੋਟਰਸਾਈਕਲ ਤੇ ਬੰਦਾ ਬੈਠਾ ਤੇ ਜਿਵੇਂ ਉਹ ਡਿੱਗ ਗਏ ਰਹੇ ਹੁੰਦੇ ਗੱਡੀ ਤੇ ਉੱਤਰੇ ਨਾਲ ਦੀ ਨਾਲ ਉਸਨੇ ਪੰਜ ਗੋਲੀਆਂ ਫਾਇਰ ਕਰ ਦਿੱਤੀ। ਕਿੰਨੇ ਬੰਦੇ? ਇੱਕ ਬੰਦਾ ਸੀ। ਇੱਕ ਬੰਦਾ ਮੋਟਰਸਾਈਕਲ? ਹਾਂਜੀ, ਹਾਲ ਤੱਕ ਕਿਹਦਾ ਪਤਾ ਲੱਗਿਆ, ਬਾਕੀ ਪਤਾ ਨਹੀਂ, ਦੋ ਤੀਨ ਜਾਂ ਇੱਕ ਦੋ। ਉੱਥੇ ਲਗਭਗ 9:40 ਤੱਕ ਬੰਦਾ ਆਇਆ ਸੀਗਾ ਬਾਈਕ ਬੋਰਨ ਐਕਸੀਡੈਂਟ। ਜਦੋਂ ਉਹ ਦਰਸ਼ਨ ਸਿੰਘ ਇੱਥੇ ਆਏ, ਉਹਨਾਂ ਦੀ ਵਰਨਾ ਗੱਡੀ ਸੀਗੀ ਔਰ ਉਹ ਬਾਈਕ ਬੋਰਨ ਐਕਸੀਡੈਂਟ, ਇਹਨਾਂ ਨੂੰ ਗੋਲੀ ਮਾਰ ਕੇ ਇੱਥੋਂ ਪਹੁੰਚ ਗਿਆ। ਕਿੰਨੇ ਲੋਕ ਤੇ ਸਰ ਹਮਲਾਵਰ? ਐਸ ਪਰ ਇਨੀਸ਼ੀਅਲ ਇਨਫੋਰਮੇਸ਼ਨ ਬਾਈਕ ਤੇ ਇਕੱਲਾ ਬੰਦਾ ਸੀਗਾ। ਤੇ ਇਹ ਅਕੇਲੇ ਸੀ ਦਰਸ਼ਨ ਸਿੰਘ? ਅਕੇਲੇ ਤਾਂ ਗੱਡੀ ਵਿੱਚ ਨਾਲ ਹੋਰ ਕੋਈ ਬੰਦੇ ਸੀਗੇ ਬੈਠੇ ਨੇ, ਸਟਿਲ ਵੀ ਆਰ ਇਨਵੈਸਟੀਗੇਟ। ਹੁਣ ਅਸੀਂ ਤਫਤੀਸ਼ ਜਾਰੀ ਹੈ, ਤਫਤੀਸ਼ ਤੋਂ ਬਾਅਦ ਹੀ ਪਤਾ ਚੱਲਣਾ ਵਜ੍ਹਾ ਰੰਜਿਸ਼ ਕੀ ਸੀਗੀ। ਐਸ ਪਰ ਇਨੀਸ਼ੀਅਲ ਇਨਫੋਰਮੇਸ਼ਨ 4-5 ਗਨਸ਼ਾਟ ਹੋਏ ਹਨ। ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ? ਅਸੀਂ ਤਫਤੀਸ਼ ਕਰ ਰਹੇ, ਅਸੀਂ ਵੈਰੀਫਾਈ ਕਰ ਰਹੇ। ਪਟਿਆਲਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।